ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਦੋਸਤੋ? ਹੋਪ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਗੇ। ਮੈਂ ਵੀ ਬਿਲਕੁਲ ਠੀਕ ਠਾਕ ਹਾਂ। ਮੇਰਾ ਨਾਂ ਰਣਜੋਤ ਸਿੰਘ ਹੈ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਔਰ ਗੱਲ ਕਰਾਂਗਾ, ਕੁਝ ਅਪਡੇਟ ਦਿਆਂਗਾ ਥਾਈਲੈਂਡ ਬਾਰੇ। ਜੀ ਹਾਂ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਥਾਈਲੈਂਡ ਬਾਰੇ ਕਿ ਥਾਈਲੈਂਡ ਖੁੱਲ ਚੁੱਕਿਆ ਹੈ, ਉਹਦੀ ਕੀ ਰਿਕੁਆਇਰਮੈਂਟ ਹੈ ਔਰ ਤੁਸੀਂ ਕਿਸ ਤਰ੍ਹਾਂ ਘੁੰਮਣ ਜਾ ਸਕਦੇ ਹੋ ਥਾਈਲੈਂਡ ਦੁਬਾਰਾ ਓਪਨ ਹੋਣ ਤੋਂ ਬਾਅਦ, ਔਰ ਕੋਵਿਡ ਕੇਸਿਸ ਜਿਹੜੇ ਨੇ ਘਟਣ ਤੋਂ ਬਾਅਦ, ਜਿਹੜਾ ਜਦੋਂ ਉਹਨਾਂ ਨੇ ਓਪਨ ਕਰਤਾ ਹੈ ਥਾਈਲੈਂਡ, ਉਸਦੇ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਕੀ ਨੋਰਮਸ ਹੈਗੇ ਨੇ, ਕੀ ਉਹਨਾਂ ਦੀ ਕੰਡੀਸ਼ਨ ਹੈਗੀ, ਆਪਾਂ ਇਸ ਬਾਰੇ ਅੱਜ ਗੱਲ ਕਰਾਂਗੇ। ਤੁਹਾਡੇ ਨਾਲ ਕੁਛ ਅਪਡੇਟ ਦਿਆਂਗਾ। ਹੋਪ ਤੁਹਾਨੂੰ ਵੀਡੀਓ ਅੱਛੀ ਲੱਗੇ ਤੇ ਵੀਰ ਸਬਸਕ੍ਰਾਈਬ ਕਰ ਦੇਣਾ, ਵੀਰ ਦੇ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰ ਦੇਣਾ, ਔਰ ਇੰਸਟਾਗ੍ਰਾਮ ਦੀ ID ਥੱਲੇ ਆ ਰਹੀ ਹੋਏਗੀ, ਇੰਸਟਾ 'ਤੇ ਫੋਲੋ ਕਰਨਾ। ਸਟਾਰਟ ਕਰਨੇ ਆ ਵੀਡੀਓ ਨੂੰ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਥਾਈਲੈਂਡ ਜਿਹੜਾ ਉਹ ਖੁੱਲ੍ਹ ਚੁੱਕਿਆ ਦੋਸਤੋ। ਥਾਈਲੈਂਡ ਓਪਨ ਹੋਣ ਤੋਂ ਬਾਅਦ ਕੁਛ ਟਾਈਮ ਪਹਿਲਾਂ ਕੁਆਰੰਟਾਈਨ ਸੀ, ਹੁਣ ਕੁਆਰੰਟਾਈਨ ਵੀ ਨਹੀਂ ਹੈਗਾ ਥਾਈਲੈਂਡ। ਥਾਈਲੈਂਡ ਬਿਨਾਂ ਕੁਆਰੰਟਾਈਨ ਹੈਗਾ, ਵੀਜ਼ਾ ਔਨ ਅਰਾਈਵਲ ਦੇਣਾ ਸ਼ੁਰੂ ਕਰਤਾ ਹੈਗਾ ਥਾਈਲੈਂਡ ਨੇ। ਜੀ ਹਾਂ ਦੋਸਤੋ, ਵੀਜ਼ਾ ਔਨ ਅਰਾਈਵਲ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ। ਵੀਜ਼ਾ ਔਨ ਅਰਾਈਵਲ ਤੁਸੀਂ ਥਾਈਲੈਂਡ ਜਾ ਕੇ ਲੈ ਸਕਦੇ ਹੋ। ਆਪਾਂ ਕਰਨੇ ਗੱਲ ਡਾਕੂਮੈਂਟਸ ਦੀ ਪਹਿਲਾਂ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਇਸ ਟਾਈਮ ਜਾਣਾ ਠੀਕ ਹੈ ਕਿ ਨਹੀਂ ਹੈ, ਔਰ ਅੱਗੇ ਕੀ ਖਰਚਾ ਜਿਹੜਾ ਹੈਗਾ ਤੁਹਾਡਾ ਹੋ ਸਕਦਾ ਹੈ। ਡਾਕੂਮੈਂਟਸ ਐਜ ਯੂਜੁਅਲ ਹੈਗੇ ਨੇ, ਜਿਵੇਂ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ, ਫੁੱਲੀ ਵੈਕਸੀਨੇਟਡ ਦਾ ਸਰਟੀਫਿਕੇਟ, ਟਰੈਵਲ ਇੰਸ਼ੋਰੈਂਸ $50,000 $30,000 ਦੇ ਅਕੋਰਡਿੰਗ ਬਰਾਬਰ ਹੋਣੀ ਚਾਹੀਦੀ ਹੈ, ਔਰ ਕੋਵਿਡ ਦੇ ਵਿੱਚ ਇੰਕਲੂਡ ਹੋਣਾ ਚਾਹੀਦਾ ਹੈ। ਰਿਟਰਨ ਟਿਕਟਸ, ਹੋਟਲ ਬੁਕਿੰਗ, ਥਾਈਲੈਂਡ ਪਾਸ ਲੈਣਾ ਪਏਗਾ। ਥਾਈਲੈਂਡ ਪਾਸ ਕਿਵੇਂ ਲੈਣਾ ਹੈ ਔਰ ਉਸਦੀ ਕੀ ਰਿਕੁਆਇਰਮੈਂਟ, ਅਗਰ ਤੁਹਾਨੂੰ ਚਾਹੀਦਾ ਹੋਏ ਤਾਂ ਮੈਂ ਤੁਹਾਨੂੰ ਇਹ ਦੱਸ ਦਾਂਗਾ ਕਿ ਤੁਸੀਂ ਉਹ ਥਾਈਲੈਂਡ ਈ ਪਾਸ ਕਿਵੇਂ ਲੈਣਾ। ਤੁਸੀਂ ਮੈਨੂੰ ਇੰਸਟਾ 'ਤੇ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਮੈਨੂੰ ਮੈਸੇਜ ਕਰ ਦੇਣਾ, ਮੈਂ ਉਸਦੇ ਉੱਤੇ ਵੀ ਵੀਡੀਓ ਬਣਾ ਦਾਂਗਾ। ਇਹੀ ਡਾਕੂਮੈਂਟ ਚਾਹੀਦੇ ਨੇ ਤੁਸੀਂ ਥਾਈਲੈਂਡ ਜਾਣ ਵਾਸਤੇ, ਮਗਰ ਫਿਲਹਾਲ ਜਿਹੜਾ ਹੈ ਡਾਇਰੈਕਟ ਫਲਾਈਟਾਂ ਨਹੀਂ ਆ ਰਹੀਆਂ ਥਾਈਲੈਂਡ ਦੀਆਂ। ਅਗਰ ਤੁਸੀਂ ਨਿਊ ਈਅਰ ਜਾਂ ਕ੍ਰਿਸਮਸ ਦੇ ਈਵ ਦੇ ਉੱਤੇ ਉੱਥੇ ਜਾਣ ਦੀ ਸੋਚ ਰਹੇ ਹੋ ਤਾਂ ਫਿਲਹਾਲ ਬਹੁਤ ਟਫ ਹੈ, ਬਹੁਤ ਕੋਸਟਲੀ ਪੈ ਜਾਣਾ ਹੈਗਾ। ਜਿਹੜੀ ਫਲਾਈਟਸ ਆ ਰਹੀਆਂ ਨੇ ਉਹ ਕਾਫੀ ਮਹਿੰਗੀ ਆ ਰਹੀਆਂ ਨੇ, ਪੈਂਤੀ ਤੋਂ ਚਾਲੀ ਹਜ਼ਾਰ ਦੇ ਵਿੱਚ ਫਲਾਈਟ ਆ ਰਹੀ ਹੈ, ਔਰ ਉਹ ਵੀ ਡਾਇਰੈਕਟ ਨਹੀਂ ਹੈਗੀ। ਉਸ ਤੋਂ ਬਾਅਦ ਅਗਰ ਤੁਸੀਂ ਔਨ ਅਰਾਈਵਲ ਜਾ ਕੇ ਵੀਜ਼ਾ ਲੈਂਦੇ ਹੋ, ਔਨ ਅਰਾਈਵਲ ਵੀਜ਼ਾ ਤੋਂ ਬਾਅਦ ਤੁਹਾਡਾ ਉੱਥੇ ਔਨ ਅਰਾਈਵਲ RCPCR ਟੈਸਟ ਹੋਏਗਾ। ਇੱਕ ਤਾਂ ਤੁਹਾਨੂੰ ਦਿੱਲੀ ਤੋਂ ਕਰਾ ਕੇ ਜਾਣਾ ਜਿਹੜਾ 72 ਘੰਟੇ ਵੈਲਿਡ ਹੋਏਗਾ, ਉਸ ਤੋਂ ਬਾਅਦ ਇੱਕ ਔਨ ਅਰਾਈਵਲ ਹੋਏਗਾ ਜਿਹਦੀ ਕੋਸਟ ਕਰੀਬਨ 2 ਤੋਂ 2,500 ਬਾਟ ਦੇ ਵਿੱਚ ਹੋਏਗੀ, ਅਪਰੋਕਸੀਮੇਟਲੀ 4 ਤੋਂ 5,000 ਦੇ ਵਿੱਚ ਜਿਹਦੀ ਕੋਸਟ ਬੈਠੇਗੀ ਇੱਕ RTPCR ਟੈਸਟ ਦੇ ਵਿੱਚ। ਉਸ ਤੋਂ ਬਾਅਦ ਇੱਕ ਰਾਤ ਵਾਸਤੇ ਤੁਹਾਨੂੰ ਆਪਣਾ ਜਿਹੜਾ SHS++ ਹੋਟਲ ਜਿਹੜਾ ਉਹ ਬੁੱਕ ਕਰਨਾ ਹੈ, ਜਦ ਤੱਕ ਤੁਹਾਡਾ ਉਹ ਜਿਹੜਾ ਹੈਗਾ RCPCR ਦਾ ਟੈਸਟ ਰਿਜ਼ਲਟ ਨਹੀਂ ਆਉਂਦਾ ਹੈਗਾ। ਔਰ ਉੱਥੋਂ ਤੁਹਾਨੂੰ ਏਅਰਪੋਰਟ ਤੋਂ ਟ੍ਰਾਂਸਫਰ ਵੀ ਖੁਦ ਲੈਣਾ ਹੈਗਾ ਜਿਹੜਾ ਸੇਫਲੀ ਹੋਏਗਾ। SHS++ ਜਿਹੜੇ ਹੋਟਲ ਨੇ ਅਕੋਰਡਿੰਗ ਟੂ ਥਾਈਲੈਂਡ ਗਵਰਨਮੈਂਟ, ਇਹ ਜਿਹੜੇ ਨੇ ਇਹ ਫੁੱਲੀ ਵੈਕਸੀਨੇਟਡ ਇਹਨਾਂ ਦਾ ਸਟਾਫ ਹੈ ਔਰ ਸੇਫ ਹੈਗੇ ਨੇ। ਇਹ ਥੋੜ੍ਹੇ ਜਿਹੇ ਮਹਿੰਗੇ ਜ਼ਰੂਰ ਹੁੰਦੇ ਨੇ, ਬਟ ਇੱਕ ਦਿਨ ਵਾਸਤੇ ਤੁਸੀਂ ਕੋਸਟ ਨੂੰ ਐਡਜਸਟ ਕਰ ਸਕਦੇ ਹੋ। 2,500 ਤੋਂ ਲੈ ਕੇ ਜਿਸ ਤਰ੍ਹਾਂ ਤੁਸੀਂ ਗੁੜ ਪਾਓਗੇ ਉਨਾ ਮਿੱਠਾ ਹੋਏਗਾ। 2,500 ਤੋਂ ਸਟਾਰਟਿੰਗ, 2,500-3,000 ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਨਾਂ ਹੋਟਲਾਂ ਦੀ। ਹੁਣ ਜੇ ਤੁਸੀਂ ਉੱਥੇ ਜਾ ਕੇ ਵੀਜ਼ਾ ਔਨ ਅਰਾਈਵਲ ਵੀ ਲੈ ਲਿਆ, ਫਲਾਈਟ ਟਿਕਟਾਂ ਵੀ ਬੁੱਕ ਕਰਾ ਲਈਆਂ, ਹੋਟਲ ਵੀ ਕਰਾ ਲਿਆ ਇੱਕ ਦਿਨ ਦਾ, ਉਸ ਤੋਂ ਬਾਅਦ ਆਰਡਨਰੀ ਹੋਟਲ ਵੀ ਚਲੇ ਗਏ, ਮਗਰ ਇਹ ਕੋਸਟ ਤੁਸੀਂ ਦੇਖੋ ਜਿਵੇਂ ਤੁਸੀਂ ਨੋਰਮਲੀ ਪਹਿਲੇ ਸੋਚਦੇ ਸੀ ਕਿ ਬਈ ਅਸੀਂ ਗੋਆ ਨਹੀਂ ਜਾਣਾ, ਅਸੀਂ ਥਾਈਲੈਂਡ ਉਹ ਆਉਂਦੇ ਹਾਂ, ਅਤੇ ਕਿ ਜਿਹੜਾ 40,000-45,000 ਦਾ ਖਰਚਾ ਹੈਗਾ ਉਹ ਅਸੀਂ ਥਾਈਲੈਂਡ ਦਾ ਵਧੀਆ ਜਿਹਾ ਇੱਕ ਹਫ਼ਤੇ ਦਾ ਟ੍ਰਿਪ ਕੱਟ ਕੇ ਆ ਜਾਂਦੇ ਸੀਗੇ 40,000-45,000 ਦੇ ਵਿੱਚ, ਮਗਰ ਹੁਣ ਇਹੀ ਖਰਚਾ ਤੁਹਾਡਾ ਜਿਹੜਾ ਹੈਗਾ 60,000-65,000-70,000 ਦੇ ਕਰੀਬ ਚਲਾ ਜਾਏਗਾ। ਜਦ ਤੁਸੀਂ ਥਾਈਲੈਂਡ ਜਾਓਗੇ ਤੁਹਾਨੂੰ ਔਨ ਅਰਾਈਵਲ RCPCR ਟੈਸਟ ਕਰਾਉਣਾ ਇੱਕ SHS++ ਹੋਟਲ ਦੇ ਵਿੱਚ, ਤੁਸੀਂ ਇੱਕ ਦਿਨ ਵਾਸਤੇ ਸਟੇਅ ਕਰਨਾ। ਉਸ ਤੋਂ ਬਾਅਦ ਤੁਸੀਂ ਦੁਬਾਰਾ ਜਦੋਂ ਰਿਟਰਨ ਆਓਗੇ ਤੁਹਾਨੂੰ ਫਿਰ ਇੱਕ RCPCR ਟੈਸਟ ਕਰਨਾ, ਜਿਹਦੀ ਕੋਸਟ ਆਲਮੋਸਟ ਸੇਮ ਹੋਏਗੀ 2,000-2,500 ਬਾਟ ਦੇ ਵਿੱਚ, ਅਪਰੋਕਸੀਮੇਟਲੀ 4,000-5,000 ਇੰਡੀਅਨ ਰੁਪੀਜ਼ ਦੇ ਵਿੱਚ ਹੋਏਗੀ ਜਿਹਦੀ ਕੋਸਟ। ਦੋਸਤੋ ਫਿਲਹਾਲ ਮੇਰੇ ਹਿਸਾਬ ਨਾਲ 15 ਜਨਵਰੀ ਤੱਕ ਜਿਹੜਾ ਇਹਨੂੰ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਹੈ ਥਾਈਲੈਂਡ ਟ੍ਰਿਪ ਨੂੰ, ਕਿਉਂਕਿ ਹਜੇ ਜਿਹੜੇ ਨੇ ਏਅਰ ਬਬਲ ਥਾਈਲੈਂਡ ਦੇ ਨਾਲ ਨਹੀਂ ਹੈਗਾ, ਡਾਇਰੈਕਟ ਫਲਾਈਟਾਂ ਜਿਹੜੀਆਂ ਨਹੀਂ ਆ ਰਹੀਆਂ ਸਾਡੀਆਂ, ਅਤੇ ਸਾਨੂੰ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜਾ ਥੋੜ੍ਹਾ ਜਿਹਾ ਰੁਕ ਕੇ
फरवरी दे विच या फरवरी दे मिड दे विच तुसी इसका प्लान बनाओ थाईलैंड दा। उस तो सिंगापुर भी खुल चुके हैं, मलेशिया भी जिहड़ा जनवरी तक खुल जाएगा। इन्हां नूं क्लब करके तुसी दो तीन कंट्रियां जिहड़ियां ने उह क्लब करके तुसी एशिया दा रूट मार सकते हो। मगर फिलहाल दिसंबर और जनवरी न्यू ईयर ईव और क्रिसमस ईव दे विच लोहड़ी दे आसपास जिहड़ा है इहनूं फिलहाल थोड़ा जिहा अवॉइड करो। एक तो कॉस्ट जिहड़ी हैगी है वह बहुत ज़्यादा आ रही है तुहाडी ट्रिप की। अगर तुसी अपनी ट्रिप बनाओगे अपना बजट बनाओगे तो जिहड़ी कॉस्ट है करीबन 55,000 to 65,000 रुपए के आसपास आ जाएगी तुहाडी कॉस्ट। उस तो ज़्यादा भी आ सकती है, घट नहीं होएगी, क्योंकि अगे जिहड़े ने हुण ओमिक्रोन के केस आ रहे ने इंडिया दे विच भी आ चुके हैं। तुहानू थोड़ा जिहा होर वेट कर लेना चाहिए, 1-1.5 महीने के इहदा भी रिजल्ट तुहानू पता लग जाएगा कि ओमिक्रोन जिहड़ा है कि किस तरह इफेक्ट पा रहा ट्रैवल के उत्ते, कि ये दोबारा लॉकडाउन की सिचुएशन च जाएगा जां फिर ये घट होएगा या वध होएगा। ये तुहानू थोड़ा जिहा रुक जाना चाहिए, मेरे हिसाब नाल थोड़ा सबर कर लेना चाहिए है, आराम नाल पेशेंटली 2-4, 1-1.5 महीना जिहड़ा इहनू कट्टो देख लो, फिर उस तो बाद तुसीं प्लैन करो। बहुत ईजी हो जाएगा सेम, मगर जिन्ना असीं पहले पैसा खर्च करते 40-45, 35-45 के विच जिहड़ा साडा ट्रिप लगता सीगा 5-6 दिन का, वह नहीं लग पाएगा। हुण जिहड़ा है वह रेट रिवाइज होणगे होणगे, तुहाडे ट्रिप की जिहड़ी बजट है वह रिवाइज होएगा ही होएगा दोस्तों। तो इन्नी जी जानकारी, इन्नी जी मेरी थोड़ी जी तुहानू विचार अपडेट सीगे, थोड़े जे विचार मैं तुहाडे नाल सांझे कीते ने कि होप तुहानू वीडियो चंगा लगा होए। वीडियो चंगा लगा होए तो लाइक शेयर और सबसक्राइब कर देना भरा दे चैनल नू। मैं ट्रैवलर हैगा और मैं इहो जी अपडेट लियांदा रहना हैगा जिहदे नाल लोकां नू सौखा हो जाए कि अगे उहनां नू इह ट्रैवल करन दा किन्ना कु सौखा है या किन्ना कु महंगा पै रिहा या किन्ना कु उहनां नू ईजी है या किन्ना हार्ड हैगा, इस बारे मैं थोड़ी थोड़ी अपडेट दिंदा रहना हैगा। तो होप तुहानू वीडियो चंगा लगा, वीडियो चंगा लगा है तो लाइक शेयर और सबसक्राइब। थैंक यू सो मच, शब्बा खैर, रब रखा।